ਪਬਲਿਕ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਨਵੇਂ ਚਿੰਮਿਆ ਵਿਸ਼ਵ ਪ੍ਰਮੁੱਖ ਸਵਾਮੀ ਸਰੂਪਾਨੰਦਾ ਜੀ ਵੱਲੋਂ ਸਕੂਲ ਵਿੱਚ ਆਨੰਦ ਦਾ ਵਿਗਿਆਨ ਵਿਸ਼ੇ ਤੇ ਪ੍ਰਵਚਨਾਂ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸ਼ਹਿਰ ਦੇ ਮੇਅਰ ਬਖਸ਼ੀ ਰਾਮ ਅਰੋੜਾ ਨੇ ਅੰਮ੍ਰਿਤਸਰ ਵਾਸੀਆਂ ਵੱਲੋਂ ਅਤੇ ਅਵਿਨਾਸ਼ ਮਹਿੰਦਰੂ ਨੇ ਪ੍ਰਬੰਧਕ ਕਮੇਟੀ ਵੱਲੋਂ ਫੁੱਲਾਂ ਦੀ ਮਾਲਾ ਭੇਂਟ ਕਰਕੇ ਸਵਾਮੀ ਜੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਵੇਦਾ ਦੇ ਸਵਾਮੀ ਸਰੂਪਾਨੰਦਾ ਜੀ ਨੇ ਸ਼ਾਮਲ ਹੋਏ ਲੋਕਾਂ ਨੂੰ ਆਨੰਦ ਦੀ ਪ੍ਰਾਪਤੀ ਦੇ ਛਿਪੇ ਗਿਆਨ ਨੂੰ ਸਮਝਾਉਣ ਲਈ ਆਨੰਦ ਦੇ ਵਿਗਿਆਨ ਬਾਰੇ ਪ੍ਰਵਚਨ ਦਿੱਤੇ। ਸਭ ਸੇ ਕਰ ਲੋ ਪਿਆਰ ਜਗਤ ਮੇ ਕੋਈ ਨਹੀਂ, ਐਂਡ ਹੂਮੇਵਰ ਯੂ ਲਵ ਯੂ ਵਿਲ ਫਾਈਂਡ ਹੈਪੀਨੈਸ ਫਰੋਮ ਦੈਟ ਪਰਸਨ, ਯੂ ਵਿਲ ਗਿਵ ਹੈਪੀਨੈਸ ਟੂ ਦਾ ਪਰਸਨ, ਇਜ਼ ਇਟ ਨਾਟ? ਐਂਡ ਇਨ ਦੈਟ ਹੈਪੀਨੈਸ ਯੂ ਐਕਸੈਪਟ ਦੈਟ ਪਰਸਨ ਐਂਡ ਯੂ ਡਿਸਕਵਰ ਯੋਰ ਸੈਲਫ ਆਲਸੋ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਆਪਣੇ ਜੀਵਨ ਵਿੱਚ ਆਨੰਦ ਦੀ ਖੋਜ ਕਰਦੇ ਹਾਂ। ਉਹਨਾਂ ਕਿਹਾ ਕਿ ਖੁਸ਼ੀ ਕੀ ਹੈ, ਸੱਚ ਵਿੱਚ ਸਾਨੂੰ ਕਿਸ ਤਰ੍ਹਾਂ ਦੀ ਖੁਸ਼ੀ ਚਾਹੀਦੀ ਹੈ, ਸੱਚੀ ਜਾਂ ਝੂਠੀ? ਅਸਲ ਵਿੱਚ ਸੱਚੀ ਖੁਸ਼ੀ ਦਾ ਠਿਕਾਣਾ ਕਿਤੇ ਬਾਹਰ ਨਹੀਂ, ਇਹ ਸਾਡੇ ਸਰੀਰ ਵਿੱਚ ਹੀ ਵਿਰਾਜਮਾਨ ਹੁੰਦਾ ਹੈ। ਜਦੋਂ ਸਾਡਾ ਹਰ ਵਿਸ਼ੇ ਦਾ ਗਿਆਨ ਅਰਥਪੂਰਵਕ ਅਤੇ ਵਿਗਿਆਨੀ ਹੁੰਦਾ ਹੈ, ਉਦੋਂ ਸਾਨੂੰ ਝੂਠੇ ਪਖੰਡਾਂ ਦੀ ਲੋੜ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸਾਨੂੰ ਮਨੋਰੰਜਨ ਅਤੇ ਪ੍ਰੇਰਣਾਜਨਕ ਕਹਾਣੀਆਂ ਦੇ ਮਾਧਿਅਮ ਰਾਹੀਂ ਸੱਚਾ ਆਨੰਦ ਹਾਸਲ ਕਰਨ ਦੇ ਤਰੀਕੇ ਅਤੇ ਸੰਦੇਸ਼ ਰਾਹੀਂ ਕਦੇ ਨਾ ਖਤਮ ਹੋਣ ਵਾਲੇ ਆਨੰਦ ਨੂੰ ਆਪਣੇ ਅੰਦਰ ਦਾਖਲ ਕਰਕੇ ਸਦਾ ਆਨੰਦ ਦੀ ਅਵਸਥਾ ਵਿੱਚ ਰਹਿਣਾ ਚਾਹੀਦਾ ਹੈ। ਅੰਤ ਵਿੱਚ ਸਵਾਮੀ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ। ਹਮ ਸਭ ਕੋ ਸੁਖ ਚਾਹੀਏ ਹੈ, ਲੇਕਿਨ ਸੁਖ ਪਾਣੇ ਕੇ ਲਈ ਹਮ ਸਿਰਫ ਵਿਸ਼ੇ ਕਾ ਭੋਗ ਕਰਤੇ ਹੈ। ਅਗਰ ਸੁਖ ਚਾਹੀਏ ਤੋ ਦੂਸਰੋ ਕੋ ਸੁਖ ਦੋ ਔਰ ਸੁਖੀ ਬਨੋ।